ਉਹਨਾਂ ਦੇ ਵਿੱਚੋਂ ਹੀ ਮਨਦੀਪ ਇਟਲੀ ਵਾਲਾ ਸਾਡੇ ਨਾਲ ਜੁੜਿਆ, ਗੱਲ ਕਰਾਂਗੇ ਉਹਨਾਂ ਦੇ ਨਾਲ ਪੂਰੀ ਤਫਸੀਲ ਦੇ ਨਾਲ। ਇਟਲੀ ਵਾਲਾ ਇਸ ਕਰਕੇ ਕੀ, ਕਿਉਂਕਿ ਮੈਂ ਇਟਲੀ ਦੇ ਵਿੱਚ ਹੀ ਰਹਿੰਦਾ। ਸਭ ਤੋਂ ਪਹਿਲਾਂ ਜੀ ਮੈਂ ਆਪਣੀ ਦਾਦੀ ਜੀ ਨੂੰ ਸਭ ਤੋਂ ਜ਼ਿਆਦਾ ਪਿਆਰ ਮੈਂ ਕਰਦਾ ਆਪਣੀ ਜ਼ਿੰਦਗੀ। ਉਹਨਾਂ ਕੋਲ ਜੇ 100 ਰੁਪਈਆ ਤਾਂ ਉਹਨਾਂ ਨੇ ਉਹਦੇ ਵਿੱਚੋਂ ਵੀ ਅੱਧੇ ਡੋਨੇਟ ਕਰ ਦੇਣੇ ਆ। ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਨਸ਼ਿਆਂ ਤੋਂ ਦੂਰ ਰਹੋ, ਹਮੇਸ਼ਾ ਨਸ਼ਿਆਂ ਤੋਂ ਦੂਰ ਰਹੋ। ਨਸ਼ਿਆਂ ਦੇ ਕਰਕੇ ਸਾਡੇ ਘਰ ਉੱਜੜ ਜਾਂਦੇ ਆ। ਬਾਕੀ ਜਿੰਨੇ ਵੀ ਲੋੜਵੰਦ ਤੁਹਾਨੂੰ ਲੱਗਦਾ ਕਿ ਤੁਹਾਡੇ ਆਸ ਪਾਸ ਲੋੜਵੰਦ ਪਰਿਵਾਰ ਆ, ਉਹਨਾਂ ਦੀ ਜ਼ਰੂਰ ਬਾਂਹ ਫੜਿਆ ਕਰੋ। ਸੋ ਇਹ ਲੋਗੋ ਦਾ ਮਤਲਬ ਆ ਕਿ ਅਸੀਂ ਕਿਸੇ ਜਾਤ ਪਾਤ ਲਈ ਨਹੀਂ, ਕਿਸੇ ਇੱਕ ਬੰਦੇ ਲਈ ਨਹੀਂ, ਕਿਸੇ ਧਰਮ ਦੇ ਲਈ ਨਹੀਂ, ਅਸੀਂ ਇਨਸਾਨੀਅਤ ਦੇ ਲਈ ਕੰਮ ਕਰਦੇ ਹਾਂ। ਜੈ ਹਿੰਦ ਦੋਸਤੋ, ਤੁਸੀਂ ਦੇਖ ਰਹੇ ਹੋ 7C ਨਿਊਜ਼। ਅਤੇ ਸੋਸ਼ਲ ਮੀਡੀਆ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡਾ ਇੱਕ ਪਲੇਟਫਾਰਮ ਹੈ ਜਿਹਦੇ ਰਾਹੀਂ ਲੋਕ ਆਪਣਾ ਟੈਲੈਂਟ ਦੱਸ ਦਿੰਦੇ ਆ, ਔਰ ਉਹ ਟੈਲੈਂਟ ਦੇ ਰਾਹੀਂ ਉਹ ਰਾਤੋਂ ਰਾਤ ਸਟਾਰ ਬਣ ਜਾਂਦੇ ਆ। ਪਰ ਸੋਸ਼ਲ ਮੀਡੀਆ ਇੱਕ ਐਸਾ ਪਲੇਟਫਾਰਮ ਵੀ ਹੈ ਕਿ ਕੁਝ ਲੋਕਾਂ ਦੀ ਵਜ੍ਹਾ ਨਾਲ ਉਹ ਲੋਕਾਂ ਦੀ ਸਹਾਇਤਾ ਦਾ ਪਲੇਟਫਾਰਮ ਬਣਿਆ ਹੋਇਆ। ਪੰਜਾਬ ਦੀ ਜੇ ਗੱਲ ਕਰੀਏ, ਅਨਮੋਲ ਕਵਾਤਰਾ ਲੈ ਲਓ ਜਾਂ ਗੋਲਡੀ ਭਾਜੀ ਲੈ ਲਓ ਜਾਂ ਫਿਰ ਮਨਦੀਪ ਇਟਲੀ ਵਾਲਾ ਲੈ ਲਓ, ਸਾਰਿਆਂ ਨੇ ਇੱਕ ਨਵੀਂ ਚੀਜ਼ ਪੇਸ਼ ਕੀਤੀ ਹੈ ਕਿ ਇੱਕ ਬੇਸਹਾਰਾ ਦੀ ਜਾਂ ਇੱਕ ਜ਼ਰੂਰਤਮੰਦ ਬੰਦੇ ਦੀ ਕਿਸ ਤਰ੍ਹਾਂ ਮਦਦ ਕੀਤੀ ਜਾ ਸਕਦੀ ਹੈ। ਸੋਸ਼ਲ ਮੀਡੀਆ ਵੀ ਇੱਕ ਬਹੁਤ ਵੱਡਾ ਪਲੇਟਫਾਰਮ ਹੈ, ਔਰ ਉਹਨਾਂ ਦੇ ਵਿੱਚੋਂ ਹੀ ਮਨਦੀਪ ਇਟਲੀ ਵਾਲਾ ਸਾਡੇ ਨਾਲ ਜੁੜਿਆ, ਗੱਲ ਕਰਾਂਗੇ ਉਹਨਾਂ ਨਾਲ ਪੂਰੀ ਤਫਸੀਲ ਦੇ ਨਾਲ। ਭਾਅ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ 7C ਨਿਊਜ਼ 'ਤੇ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਬਹੁਤ ਧੰਨਵਾਦ ਜੀ 7 ਨਿਊਜ਼ ਵਾਲਿਆਂ ਦਾ। ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਹੈ ਕਿ ਮਨਦੀਪ ਤਾਂ ਠੀਕ ਹੈ, ਪਰ ਮਨਦੀਪ ਇਟਲੀ ਵਾਲਾ ਕਿਉਂ? ਇਟਲੀ ਵਾਲਾ ਇਸ ਕਰਕੇ ਕੀ, ਕਿਉਂਕਿ ਮੈਂ ਇਟਲੀ ਦੇ ਵਿੱਚ ਹੀ ਰਹਿੰਦਾ 13-14 ਸਾਲ ਤੋਂ। ਫੈਮਿਲੀ ਛੋਟਾ ਹੁੰਦਾ ਮੈਂ ਚਲਾ ਗਿਆ ਸੀ ਇਟਲੀ, ਸੋ ਇਹ ਨਾਮ ਮੈਂ ਉੱਥੇ ਹੀ ਰੱਖਿਆ ਹੋਇਆ ਸੀ ਮਨਦੀਪ ਇਟਲੀ ਵਾਲਾ। ਪਹਿਲਾਂ ਮੈਂ ਹੈਲਥ ਐਂਡ ਫਿਟਨੈਸ ਦਾ ਯਾਨੀ ਕਿ ਟਿਪਸ ਵਗੈਰਾ ਜਾਂ ਕੰਮ ਕਰਦਾ ਹੈਲਥ ਦੇ ਉੱਪਰ, ਹੈਲਥ ਕੇਅਰ 'ਤੇ, ਸੋ ਉਹਦੇ ਕਰਕੇ ਮੈਂ ਇਟਲੀ ਵਾਲਾ ਆਪਣਾ ਲਾ ਦਿੱਤਾ ਸੀ। ਇੱਕ ਨੌਜਵਾਨ ਇਟਲੀ ਚਲਾ ਜਾਂਦਾ, ਅੱਛੇ ਖਾਸੇ ਪੈਸੇ ਮਿਲਦੇ ਇਟਲੀ, ਸਾਰਿਆਂ ਨੂੰ ਪਤਾ, ਪਰ ਵਾਪਸ ਪੰਜਾਬ 'ਚ ਆ ਕੇ ਇੱਕ ਸੰਸਥਾ ਚਲਾਉਣੀ ਔਰ ਆਮ ਲੋਕਾਂ ਦੀ ਮਦਦ ਕਰਨੀ, ਕੀ ਜ਼ਰੂਰਤ ਪਈ ਆ ਆਮ ਲੋਕਾਂ ਦੀ ਮਦਦ ਕਰਨ ਦੀ? ਦੇਖੋ ਜੀ, ਇਹ ਮੈਨੂੰ ਬਚਪਨ ਤੋਂ ਸ਼ੌਂਕ ਸੀ ਇੱਕ, ਹੈ ਨਾ, ਮਨ ਦੇ ਵਿੱਚ ਚਾਹਤ ਹੁੰਦੀ ਹੈ ਕਿਸੇ ਚੀਜ਼ ਲਈ। ਅਗਰ ਕਿਸੇ ਕੋਈ ਕੰਮ ਸ਼ੌਂਕ ਦੇ ਲਈ ਕੀਤਾ ਜਾਂਦਾ ਅਤੇ ਉਹ ਕੰਮ ਨਹੀਂ ਰਹਿ ਜਾਂਦਾ, ਉਹ ਇੱਕ ਬੰਦੇ ਦਾ ਸ਼ੌਂਕ ਬਣ ਜਾਂਦਾ, ਹੈ ਨਾ, ਉਹਨੂੰ ਉਸ ਕੰਮ ਦੇ ਕਰਨ ਦੇ ਵਿੱਚ ਮਜ਼ਾ ਆਉਂਦਾ, ਸਕੂਨ ਮਿਲਦਾ, ਸਬਰ ਮਿਲਦਾ, ਸੋ ਇਸ ਗੱਲ ਕਰਕੇ ਆਪਾਂ ਸਟਾਰਟ ਕੀਤਾ ਜੀ। ਸੋਸ਼ਲ ਮੀਡੀਆ 'ਤੇ ਹਰ ਕੋਈ ਅੱਜ ਕੱਲ੍ਹ, ਬੱਚੇ ਤੋਂ ਬੱਚਾ ਵੀ ਛੋਟੀ ਜਿਹੀ ਟਿਕਟੋਕ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੰਦਾ ਹੈ ਔਰ ਫੇਮਸ ਹੋ ਜਾਂਦਾ। ਤੁਸੀਂ ਕਿਸ ਤਰ੍ਹਾਂ ਸੋਚਿਆ ਕਿ ਅਸੀਂ ਲੋਕਾਂ ਦੀ ਮਦਦ ਵੀ ਕਰਨੀ ਹੈ ਔਰ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਇੰਸਪਾਇਰ ਵੀ ਕਰਨਾ ਕਿ ਬਾਕੀ ਵੀ ਇਸ ਚੀਜ਼ ਵਾਸਤੇ ਅੱਗੇ ਆਉਣ? ਕਿਉਂਕਿ ਜਦੋਂ ਆਪਾਂ ਸਟਾਰਟਿੰਗ ਕੀਤਾ ਸੀ, ਇੱਕ ਮਾਸਕ ਤੋਂ ਆਪਾਂ ਸਟਾਰਟਿੰਗ ਕੀਤੀ ਜਾਣਾ, ਹੌਲੀ ਹੌਲੀ ਸਾਡੇ ਨਾਲ ਜੁੜਦੇ ਗਏ। ਮੈਂ ਸੋਚਿਆ ਕਿ ਜੇ ਸੋਸ਼ਲ ਮੀਡੀਆ ਵਾ ਮਿਸਯੂਜ਼ ਤਾਂ ਇਹਦਾ ਬਹੁਤ ਕਰਦੇ ਆ, ਸਾਰੇ ਕਰਦੇ ਆ, ਇਹਨੂੰ ਕੋਈ ਚੰਗੇ ਕੰਮ ਲਈ ਯੂਜ਼ ਕੀਤਾ ਜਾਵੇ। ਸੋ ਹੌਲੀ ਹੌਲੀ ਮੈਂ ਵੀਡੀਓ ਪਾਉਣੀਆਂ ਸਟਾਰਟ ਕੀਤੀਆਂ ਅਤੇ ਉਸ ਤੋਂ ਬਾਅਦ ਲੋਕ ਜੁੜਨੇ ਸ਼ੁਰੂ ਹੋ ਗਏ, ਸਹਿਯੋਗ ਦੇਣਾ ਸ਼ੁਰੂ ਹੋ ਗਿਆ। ਸਭ ਯਾਨੀ ਕਿ ਲੋਕ ਨਹੀਂ ਹੈ, ਉਹ ਸਾਡੇ ਲਈ ਰੱਬ ਰੂਪ ਨੇ, ਰੱਬ ਰੂਪ ਲੋਕਾਂ ਦਾ ਸਾਨੂੰ ਪਿਆਰ ਮਿਲਣਾ ਸ਼ੁਰੂ ਹੋ ਗਿਆ, ਫਿਰ ਇਹ ਸਿਲਸਿਲਾ ਇੱਦਾਂ ਸ਼ੁਰੂ ਹੋ ਗਿਆ। ਫਿਰ NGO ਬਣਾਉਣ ਦੀ ਕਦੋਂ ਸੋਚੀ ਤੁਸੀਂ ਕਿ ਇੱਕ ਟੀਮ ਬਣਾਈ ਜਾਏ ਔਰ ਪੂਰੇ ਪੰਜਾਬ ਦੇ ਵਿੱਚ ਲਗਭਗ ਜਿਹੜਾ ਕੰਮ ਕੀਤਾ ਜਾਏ? ਟੀਮ ਬਣਾਉਣ ਦਾ ਇਸ ਤਰ੍ਹਾਂ ਸੋਚਿਆ ਜੀ ਕਿ ਤੁਹਾਨੂੰ ਪਤਾ ਹੈ ਕਿ ਇੱਕ ਬੰਦਾ ਇਕੱਲਾ ਕਿੱਥੇ ਕਿੱਥੇ ਜਾ ਸਕਦਾ ਜੀ। ਜਦੋਂ ਸਾਡਾ ਟੀਮ ਮੈਂਬਰ ਹੈ, ਇੱਕ ਇਕੱਲੇ ਉਂਗਲ 'ਤੇ ਕੁਛ ਵੀ ਨਹੀਂ ਕਰਦਾ, ਇੱਕ ਹੱਥ ਸਾਰਾ ਕੁਛ ਹੈ ਨਾ, ਇੱਕ ਮੁੱਠੀ। ਸੋ ਇਹ ਮੈਂ ਸੋਚਿਆ ਕਿ ਇੱਕ ਟੀਮ ਬਣਾਈ ਜਾਵੇ, ਟੀਮ ਬਣਾ ਕੇ ਆਪਾਂ ਪੂਰੀ ਵਧੀਆ ਤਰੀਕੇ ਨਾਲ ਸੇਵਾ ਕਰੀਏ, ਹੈ ਨਾ, ਸੇਵਾ ਕੀਤੀ ਜਾਵੇ ਪੰਜਾਬ ਦੇ ਵਿੱਚ ਲੋੜਵੰਦ ਪਰਿਵਾਰਾਂ ਦੀ ਆਪਾਂ ਬਾਂਹ ਫੜੀਏ। ਕਹਿੰਦੇ ਆ ਕਿ ਕੋਈ ਵੀ ਸੰਸਕਾਰ ਹੈ ਜਾਂ ਕੋਈ ਵੀ ਸੋਚ ਹੈ ਉਹਦੇ ਵਿੱਚ ਆਪਣੇ ਮਾਂ ਪਿਓ ਦਾ ਬਹੁਤ ਵੱਡਾ ਹੱਥ ਹੁੰਦਾ, ਆਪਣੇ ਜਿਹੜੇ ਮਾਪੇ ਨੇ ਉਹਨਾਂ ਦੀ ਬਹੁਤ ਵੱਡੀਆਂ ਸਿੱਖਾਂ ਜਿਹੜੀਆਂ ਸਾਡੇ 'ਤੇ ਅਪਲਾਈ ਹੁੰਦੀਆਂ। ਅਤੇ ਆਪਣੇ ਬਚਪਨ ਬਾਰੇ ਥੋੜ੍ਹਾ ਜਿਹਾ ਦੱਸੋ, ਆਪਣੇ ਮਾਂ ਪਿਓ ਬਾਰੇ ਥੋੜ੍ਹਾ ਜਿਹਾ ਦੱਸੋ। ਸਭ ਤੋਂ ਪਹਿਲਾਂ ਜੀ ਮੈਂ ਆਪਣੀ ਦਾਦੀ ਜੀ ਨੂੰ ਸਭ ਤੋਂ ਜ਼ਿਆਦਾ ਪਿਆਰ ਮੈਂ ਕਰਦਾ ਆਪਣੀ ਜ਼ਿੰਦਗੀ ਵਿੱਚ, ਦਾਦੀ ਜੀ ਆ, ਉਸ ਤੋਂ ਬਾਅਦ ਮੇਰੇ ਮਾਤਾ ਜੀ ਆ, ਹੈ ਨਾ, ਉਸ ਤੋਂ ਬਾਅਦ ਸਾਰੀ ਫੈਮਿਲੀ ਜੀ। ਸੋ ਦਾਦੀ ਜੀ ਤੋਂ ਮੈਂ ਇੰਸਪਾਇਰ ਹੋਇਆ, ਉਹ ਛੋਟੇ ਹੁੰਦੇ ਤੋਂ ਬਹੁਤ ਦਾਨ ਪੁੰਨ ਕਰਦੇ ਰਹੇ ਆ, ਅਸੀਂ ਛੋਟੇ ਹੁੰਦੇ ਤੋਂ ਉਹਨਾਂ ਨੂੰ ਦੇਖਦੇ ਹਾਂ ਨਾ। ਉਹਨਾਂ ਕੋਲ ਜੇ 100 ਰੁਪਈਆ ਤਾਂ ਉਹਨਾਂ ਨੇ ਉਹਦੇ ਵਿੱਚੋਂ ਵੀ ਅੱਧੇ ਡੋਨੇਟ ਕਰ ਦੇਣੇ ਆ, ਬਿਨਾਂ ਕਿਸੇ ਨੂੰ ਦੱਸੇ, ਆਪ ਤੰਗ ਰਹਿ ਲੈਣਾ ਪਰ ਸੇਵਾ ਕਰ ਦੇਣੀ ਆ। ਸੋ ਇਸ ਚੀਜ਼ ਤੋਂ ਮੈਂ ਬਹੁਤ ਇੰਸਪਾਇਰ ਹੋਇਆ ਛੋਟੇ ਹੁੰਦੇ ਦਾਦੀ ਜੀ ਤੋਂ। ਸੋ ਜੋ ਮੇਰੇ ਮੋਲ ਜਿੱਦਾਂ ਆਪਾਂ ਕਹਿ ਦਈਏ ਕਿ ਆਈਡਲ ਉਹੀ ਆ, ਉਹਨਾਂ ਨੂੰ ਵੇਖ ਕੇ ਉਹਨਾਂ ਦੀ ਇੰਸਪਾਇਰ ਹੋ ਕੇ ਮੈਂ ਇਹ ਯਾਨੀ ਉਹਨਾਂ ਤੋਂ ਸਿੱਖਿਆ ਮਿਲੀ। ਔਰ ਕਈ ਵਾਰੀ ਇੱਦਾਂ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਪਿੰਡ ਤੋਂ ਸ਼ੁਰੂ ਕੀਤਾ ਜਾਂ ਕਿਸੇ ਹੋਰ ਪਿੰਡ 'ਚ ਗਏ ਹੋ, ਕਿਸੇ ਹੋਰ ਸ਼ਹਿਰ 'ਚ ਗਏ ਹੋ, ਕਈ ਵਾਰੀ ਗਲਤ ਇਨਫੋਰਮੇਸ਼ਨ ਵੀ ਆ ਜਾਂਦੀ ਹੈ, ਕਈ ਲੋਕ ਲਾਲਚ ਨੂੰ ਵੀ ਕਹਿ ਦਿੰਦੇ ਆ ਜਾਂ ਫਿਰ ਕਈ ਫੇਮ ਪਾਉਣ ਵਾਸਤੇ ਕਿ ਮਨਦੀਪ ਇੱਥੇ ਆਇਆ ਜਾਂ ਕੋਈ ਸਮਾਜ ਸੇਵਕ ਇੱਥੇ ਆਇਆ, ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਹੋ? ਨਹੀਂ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਫੇਮ ਨਹੀਂ, ਜਿੰਨਾ ਵੀ ਆ ਸਾਰੇ ਪਿਆਰ ਕਰਦੇ ਆ, ਪਿਆਰ ਕਰਨ ਵਾਲੇ ਹੀ ਨਾਲ ਆਉਂਦੇ ਆ ਨਾ, ਪਿਆਰ ਕਰਨ ਵਾਲੇ। ਆਪਾਂ ਫੇਮ ਦੀ ਗੱਲ ਨਹੀਂ ਕਰ ਸਕਦੇ, ਫੇਮ ਦਾ ਵਾਹਿਗੁਰੂ ਨੇ ਜਿਹਨੂੰ ਦੇਣਾ ਉਹਨੂੰ ਦੇ ਹੀ ਦੇਣਾ ਜੀ। ਫੇਮ ਕਿਸੇ ਦੇ ਹੱਥ ਦੇ ਵਿੱਚ ਨਹੀਂ ਆ, ਕਿਸੇ ਦਾ ਵੱਜਿਆ ਹੋਇਆ ਨਹੀਂ ਆ, ਜਿਹਨੂੰ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋਣੀ ਆ ਉਹਨੂੰ ਮਿਲ ਹੀ ਜਾਣਾ। ਸੋ ਆਪਾਂ ਉਹਨਾਂ ਨੂੰ ਆਪਣੇ ਭਰਾ ਵਾਂਗ ਆਪਾਂ ਉਹਨਾਂ ਨੂੰ ਵੀ ਇੱਦਾਂ ਟ੍ਰੀਟ ਕਰੀਏ ਕਿ ਸਾਡੇ ਨਾਲ ਰਲੋ, ਸਾਡੇ ਨਾਲ
ਇਹ ਕੋਈ ਵੀ ਕੰਮ ਹੈ ਜੀ ਸਟੈਪ ਬਾਈ ਸਟੈਪ ਹੁੰਦਾ ਜੀ। ਇਕੱਲਾ ਤੁਰਿਆ ਸੀ, ਅੱਜ ਪੂਰੀ ਟੀਮ ਆ, 25-30 ਜਾਣੇ ਦੀ ਟੀਮ ਆ, ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਆ, ਲੱਖਾਂ ਦੇ ਹਿਸਾਬ ਨਾਲ ਸਾਨੂੰ ਪਿਆਰ ਮਿਲ ਰਿਹਾ, ਲੋਕਾਂ ਦਾ ਬੜਾ ਪਿਆਰ ਮਿਲ ਰਿਹਾ, ਬੜਾ ਸਹਿਯੋਗ ਮਿਲ ਰਿਹਾ, ਰੱਬ ਵਰਗੀਆਂ ਰੂਹਾਂ ਸਾਡੇ ਨਾਲ ਜੁੜੀਆਂ ਹੋਈਆਂ ਹਨਾ। ਤੁਹਾਨੂੰ ਪਤਾ ਹੈ ਕਿ ਰੱਬ ਵਰਗੀਆਂ ਰੂਹਾਂ ਦੇ ਨਾਲ ਲੱਗ ਕੇ ਅਸੀਂ ਵੀ ਤਰ ਸਕਦੇ ਹਾਂ ਹਨਾ, ਆਪਾਂ ਵੀ ਤਰ ਜਾਵਾਂਗੇ ਉਹਨਾਂ ਨਾਲ। ਸੋ ਇਹ ਸਿਲਸਿਲਾ ਇੱਦਾਂ ਹੀ ਸਟੈਪ ਬਾਈ ਸਟੈਪ ਹੌਲੀ ਹੌਲੀ ਆਪਾਂ ਕਾਫੀ ਹਾਈ ਲੈਵਲ ਤੇ ਲੈ ਕੇ ਜਾਵਾਂਗੇ। ਅੱਜ ਤੁਸੀਂ ਪਠਾਨਕੋਟ ਪਹੁੰਚੇ ਹੋ, ਕਿਸ ਤਰ੍ਹਾਂ ਦੇ ਲੱਗੇ ਪਠਾਨਕੋਟ ਦੇ ਲੋਕ ਔਰ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਪਠਾਨਕੋਟ ਆਉਣਾ? ਪਠਾਨਕੋਟ ਰਾਜੂ ਭਾਅ ਜੀ, ਇੱਥੇ ਸਾਰਿਆਂ ਨੂੰ ਪਤਾ ਜੀ ਰਾਜੂ ਭਾਅ ਜੀ, ਜੋ ਆਪਾਂ ਕਹਿਣਾ ਚਾਹੁੰਦਾ ਮੈਂ ਸ਼ਬਦ ਯੂਜ਼ ਨਹੀਂ ਕਰਨਾ ਚਾਹੁੰਦਾ ਹਾਂ, ਮਾਫ਼ੀ ਮੰਗਦਾ, ਜੋ ਭਿਖਾਰੀ ਹੋ ਕੇ ਵੀ ਸਮਾਜ ਸੇਵੀ ਕਰਦੇ ਆ ਹਨਾ, ਜੋ ਭੀਖ ਮੰਗਦੇ ਆ ਲੋਕਾਂ ਕੋਲੋਂ, ਉਹ ਲੋਕਾਂ ਦੇ ਫਿਰ ਲੋਕਾਂ ਦੀ ਭੀਖ ਮੰਗ ਕੇ ਲੋਕਾਂ ਨੂੰ ਹੀ ਦੇ ਦਿੰਦੇ ਆ, ਉਹ ਭੀਖ ਉਹ ਦਿੰਦੇ ਆ ਜਿਹੜਾ ਤਕੜਾ ਹੁੰਦਾ ਹਨਾ, ਘਰੋਂ ਫੈਮਿਲੀ ਵਧੀਆ ਹੁੰਦੀ ਆ, ਅਤੇ ਉਹ ਦਿੰਦਾ ਉਹਨਾਂ ਨੂੰ ਆ ਜਿਹੜੇ ਮਤਲਬ ਲੋੜਵੰਦ ਹੁੰਦੇ ਆ। ਸੋ ਉਹਨਾਂ ਤੋਂ ਆਪਾਂ, ਉਹਨਾਂ ਨਾਲ ਫੋਨ ਆਇਆ ਸੀ, ਉਹਨਾਂ ਨਾਲ 100 ਪਰਿਵਾਰ ਨੂੰ ਅੱਜ ਰਾਸ਼ਨ ਦਿੱਤਾ, ਬੜੀ ਵੱਡੀ ਸਾਡੇ ਰੱਬ ਰੂਪ ਆ। ਸੋ 100 ਪਰਿਵਾਰਾਂ ਨੂੰ ਉਹਨਾਂ ਰਾਸ਼ਨ ਦਿੱਤਾ, ਉਹਨਾਂ ਦਾ ਫੋਨ ਆਇਆ ਕਿ ਤੁਸੀਂ ਆਇਓ, ਆਪਾਂ ਇਕੱਠੇ ਰਲ ਮਿਲ ਕੇ ਹਮਲਾ ਮਾਰਾਂਗੇ, ਸਾਰਿਆਂ ਨੂੰ ਰਾਸ਼ਨ ਦੇਵਾਂਗੇ। ਸੋ ਇਸ ਗੱਲ ਕਰਕੇ ਆਏ, ਬਾਕੀ ਪਠਾਨਕੋਟ ਦੇ ਜਿੰਨੀ ਵੀ ਪਬਲਿਕ ਆ, ਜਿੰਨੇ ਵੀ ਸਾਡੇ ਰੱਬ ਰੂਪ ਜਿਹੜੇ ਆਪਾਂ ਕਹਿ ਦਈਏ ਡੋਨਰਸ ਆ, ਜਾਂ ਸਾਡੇ ਰੱਬ ਰੂਪ ਇਨਸਾਨ ਜਿੰਨੇ ਵੀ ਇੱਥੇ ਰਹਿਣ ਵਾਲੇ, ਬਹੁਤ ਪਿਆਰ ਮਿਲਦਾ ਜਦੋਂ ਵੀ ਆਈਏ, ਸਾਰੇ ਹੀ ਬਹੁਤ ਪਿਆਰ ਦਿੰਦੇ। ਅਤੇ ਜਿਹੜਾ ਨੌਜਵਾਨ ਆ ਅੱਜ ਦਾ, ਮੈਂ ਆਖਰੀ ਸਵਾਲ ਹੀ ਕਹਿ ਲਓ ਕਿ ਅੱਜ ਦੇ ਨੌਜਵਾਨ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਕਿਉਂਕਿ ਤੁਸੀਂ ਉਹਨਾਂ ਵਾਸਤੇ ਬਹੁਤ ਵੱਡੇ ਇੱਕ ਆਈਡਲ ਬਣੇ ਹੋਏ ਹੋ ਔਰ ਲੋਕ ਕਾਫੀ ਤੁਹਾਨੂੰ ਫੋਲੋ ਕਰਦੇ ਨੇ, ਨੌਜਵਾਨ ਕਾਫੀ ਫੋਲੋ ਕਰਦਾ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਸਭ ਤੋਂ ਵੱਡਾ ਸੁਨੇਹਾ ਇਹ ਹੈ ਜੀ ਕਿ ਨਸ਼ਾ ਇੱਕ ਸਾਡੇ ਮਤਲਬ ਪੀੜ੍ਹੀ ਨੂੰ ਖਾ ਰਿਹਾ ਜੀ, ਕੁਛ ਗੁਪਤ ਖਾ ਰਿਹਾ, ਕੁਛ ਸ਼ਰੇਆਮ ਖਾ ਰਿਹਾ। ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਨਸ਼ਿਆਂ ਤੋਂ ਦੂਰ ਰਹੋ, ਹਮੇਸ਼ਾ ਨਸ਼ਿਆਂ ਤੋਂ ਦੂਰ ਰਹੋ, ਨਸ਼ਿਆਂ ਦੇ ਕਰਕੇ ਸਾਡੇ ਘਰ ਉੱਜੜ ਜਾਂਦੇ ਆ, ਯਾਨੀ ਕਿ ਸਾਡੀਆਂ ਮਾਵਾਂ, ਸਾਡੇ ਪਿਤਾ, ਸਾਡੇ ਪਰਿਵਾਰ ਸਾਰਾ ਉੱਜੜ ਜਾਂਦਾ, ਰੋਲਦੇ ਆ ਉਹ ਸੜਕਾਂ 'ਤੇ ਰੋਲਦੇ ਆ, ਉਹਨਾਂ ਕੋਲ 2 ਟਾਈਮ ਦੀ ਰੋਟੀ ਖਾਣ ਨੂੰ ਨਹੀਂ ਮਿਲਦੀ, ਪਰ ਤੁਹਾਨੂੰ ਨਸ਼ਾ ਚਾਹੀਦਾ, ਤੁਸੀਂ ਨਸ਼ੇ ਕਰਕੇ ਉਹਨਾਂ ਨੂੰ ਕੁੱਟਦੇ ਹੋ, ਮਾਰਦੇ ਹੋ, ਸਭ ਕੁਛ ਕਰਦੇ ਹੋ। ਸੋ ਨਸ਼ਾ ਸਭ ਤੋਂ ਪਹਿਲਾਂ ਜੀ, ਨਸ਼ਾ ਦੂਰ, ਨਸ਼ੇ ਤੋਂ ਦੂਰ ਰਹਿਣ ਜਿੰਨੇ ਮੇਰੇ ਵੀਰ ਆ, ਨਸ਼ੇ ਤੋਂ ਬਚੋ, ਸਾਡੀ ਇਹ ਆ ਜੀ। ਬਾਕੀ ਜਿੰਨੇ ਵੀ ਲੋੜਵੰਦ ਤੁਹਾਨੂੰ ਲੱਗਦਾ ਕਿ ਤੁਹਾਡੇ ਆਸ ਪਾਸ ਲੋੜਵੰਦ ਪਰਿਵਾਰ ਆ, ਉਹਨਾਂ ਦੀ ਜ਼ਰੂਰ ਬਾਂਹ ਫੜਿਆ ਕਰੋ, ਕਿਉਂਕਿ ਕੀ ਪਤਾ ਕਿ ਤੁਸੀਂ ਉਹਨਾਂ ਦੇ ਲਈ ਰੱਬ ਰੂਪ ਹੀ ਬਣ ਕੇ ਆ ਜਾਣਾ, ਤੁਸੀਂ ਉਹਨਾਂ ਲਈ ਜ਼ਰੂਰ ਬਾਂਹ ਫੜਿਆ ਕਰੋ, ਤਾਂ ਕਿ ਲੋੜਵੰਦ ਪਰਿਵਾਰ ਕਿਤੇ ਵੀ ਰੋਲ ਨਾ ਸਕਣ। 2 ਟਾਈਮ ਦੀ ਰੋਟੀ, ਸਿਰਫ 2 ਟਾਈਮ ਦੀ ਰੋਟੀ ਚਾਹੀਦੀ ਆ ਬੰਦੇ ਨੂੰ ਜੀਣ ਲਈ, ਉਹ ਜ਼ਰੂਰ ਹਰ ਇੱਕ ਦੇ ਘਰ ਤੱਕ ਪਹੁੰਚਾਇਆ ਕਰੋ, ਜੇ ਜਿਹੜਾ ਲੱਗਦਾ ਕਿ ਤੁਹਾਨੂੰ ਲੋੜਵੰਦ ਆ। ਮਨਦੀਪ ਜੀ, ਆਪਣੇ ਸਰੋਤਿਆਂ ਨੂੰ ਅਸੀਂ ਇੱਕ ਗੱਲ ਦੱਸਣਾ ਚਾਹਾਂਗੇ, ਭਾਅ ਜੀ 1 ਮਿੰਟ ਆਇਓ, ਇੱਕ ਤੁਹਾਡਾ ਟੀ ਸ਼ਰਟ, ਤੁਹਾਡੀ ਜਿਹੜੀ ਐਨ ਜੀ ਓ ਦਾ ਜਿਹੜਾ ਇਹ ਲੋਗੋ ਹੈ, ਇਹਦੇ 'ਤੇ ਸਾਰੇ ਧਰਮਾਂ ਦੇ ਜਿਹੜੇ ਉਹ ਬਣੇ ਹੋਏ ਨੇ ਨਿਸ਼ਾਨ, ਔਰ ਤਲੀ ਦੇ ਵਿੱਚ ਹਿੰਦੁਸਤਾਨ ਬਣਿਆ ਪੂਰਾ, ਇਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਸਰੋਤਿਆਂ ਨੂੰ ਦੱਸੋ। ਇਹ ਬੜੀ ਡੂੰਘੀ ਗੱਲ ਹੈ ਜੀ, ਤਾਂ ਹੀ ਪੁੱਛੀ ਹੈ ਜੀ, ਬਹੁਤ ਡੂੰਘੀ ਗੱਲ ਹੈ ਜੀ। ਇਹ ਹਿਊਮੈਨਿਟੀ ਫਸਟ ਐਨ ਜੀ ਓ ਅਸੀਂ ਇਹ ਨਾਮ ਤਾਂ ਰੱਖਿਆ ਜੀ ਕਿ ਹਿਊਮੈਨਿਟੀ ਕੀ, ਇਨਸਾਨੀਅਤ ਪਹਿਲਾਂ ਸਾਡੇ ਲੋਕਾਂ ਦੇ ਵਿੱਚ, ਅਸੀਂ ਵੀ ਉਹਨਾਂ ਦੇ ਵਿੱਚ ਹੀ, ਆਪਾਂ ਇਹ ਨਹੀਂ ਕਹਿੰਦੇ, ਸਾਡੀ ਇਨਸਾਨੀਅਤ ਮਰ ਚੁੱਕੀ ਸੀ। ਸੋ ਅਸੀਂ ਇਨਸਾਨੀਅਤ ਦੇ ਨਾਂ 'ਤੇ ਕੰਮ ਕਰਨਾ ਚਾਹੁੰਦੇ ਹਾਂ। ਸੋ ਇਹ ਲੋਗੋ ਦਾ ਮਤਲਬ ਆ ਕਿ ਅਸੀਂ ਕਿਸੇ ਜਾਤ ਪਾਤ ਲਈ ਨਹੀਂ, ਕਿਸੇ ਇੱਕ ਬੰਦੇ ਲਈ ਨਹੀਂ, ਕਿਸੇ ਧਰਮ ਦੇ ਲਈ ਨਹੀਂ, ਅਸੀਂ ਇਨਸਾਨੀਅਤ ਦੇ ਲਈ ਕੰਮ ਕਰਦੇ ਹਾਂ। ਸੋ ਫਿਰ ਸਾਡੇ ਦਿਮਾਗ ਦੇ ਵਿੱਚ ਆਈਡੀਆ ਆਇਆ ਕਿ ਇਸ ਤਰ੍ਹਾਂ ਡਿਜ਼ਾਇਨ ਕੀਤਾ ਜਾਵੇ, ਤਾਂ ਕਿ ਇੱਕ ਸੁਨੇਹਾ ਮਿਲੇ ਸਾਡੀ ਟੀ ਸ਼ਰਟ ਤੋਂ ਵੀ, ਇੱਕ ਸੁਨੇਹਾ ਮਿਲੇ ਕਿ ਇਹ ਕਿਸੇ ਧਰਮ ਲਈ ਨਹੀਂ, ਕਿਸੇ ਜਾਤ ਪਾਤ ਲਈ ਨਹੀਂ, ਕਿਸੇ ਲਈ ਨਹੀਂ, ਇਹ ਸਭ ਦੇ ਲਈ ਆ, ਹਨਾ। ਇਸ ਗੱਲ ਕਰਕੇ ਆਪਾਂ ਹਿਊਮੈਨਿਟੀ ਫਸਟ ਦਾ ਨਾਂ ਰੱਖਿਆ ਕਿ ਆਪਾਂ ਸਿਰਫ ਕੰਮ ਕਰਦੇ ਹਾਂ ਇਨਸਾਨ ਦੇ ਲਈ, ਇਨਸਾਨੀਅਤ ਦੇ ਲਈ। ਧੰਨਵਾਦ ਮਨਦੀਪ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਅਤੇ ਇਹ ਸੀ ਮਨਦੀਪ ਇਟਲੀ ਵਾਲਾ, ਜੋ ਕਿ ਇੱਕ ਐਨ ਜੀ ਓ ਚਲਾ ਰਿਹਾ ਔਰ ਲੋਕਾਂ ਦੀ ਸੇਵਾ ਕਰ ਰਿਹਾ, ਔਰ ਇਹਨਾਂ ਦਾ ਵੀ ਮੰਨਣਾ ਹੈ ਕਿ ਇਸ ਵੇਲੇ ਸਭ ਤੋਂ ਵੱਡੀ ਲੋੜ ਹੈ ਆਪਣੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ। ਔਰ ਲਗਾਤਾਰ ਮਨਦੀਪ ਜੀ ਪਠਾਨਕੋਟ ਆਉਂਦੇ ਰਹੇ ਨੇ, ਅੱਜ ਵੀ ਆਏ ਨੇ, ਔਰ ਰਾਜੂ ਦੇ ਨਾਲ ਰਲ ਕੇ ਉਹਨਾਂ ਨੇ ਰਾਸ਼ਨ ਵੰਡਿਆ। ਹੋਰ ਵੀ ਐਂਟਰਟੇਨਮੈਂਟ ਦੀ ਖਬਰਾਂ ਦੇ ਲਈ ਜੁੜੇ ਰਹੋ 7C ਨਿਊਜ਼ ਦੇ ਨਾਲ। ਕੈਮਰਾਮੈਨ ਅਭਿਸ਼ੇਕ ਦੇ ਨਾਲ ਸੰਜੀਵ ਮੰਗੋਤਰਾ, 7C ਨਿਊਜ਼ ਪਠਾਨਕੋਟ।